ਅੱਜ ਦੇ ਰੋਸ ਧਰਨੇ ਦੇ ਵਿੱਚ ਬੈਠੇ ਬਹੁਜਨ ਸਮਾਜ ਦੇ ਵਰਕਰ, ਸੀਨੀਅਰ ਲੀਡਰਸ਼ਿਪ, ਡਾਕਟਰ ਨਛੱਤਰਪਾਲ ਜੀ, ਅੰਬੇਦਕਰ ਜੀ, ਕੌਲ ਸਾਹਿਬ ਔਰ ਦਲਜੀਤ ਰਾਏ ਜੀ, ਜ਼ਿਲ੍ਹਾ ਪ੍ਰਧਾਨ ਔਰ ਸਾਡੇ ਅਸੀਂ ਸਤਿਕਾਰਯੋਗ ਐਡਵੋਕੇਟ ਰਣਜੀਤ ਕੁਮਾਰ ਜੀ ਔਰ ਸਾਰੇ ਵਰਕਰ ਸਾਹਿਬਾਨ, ਅੱਜ ਬਹੁਤ ਹੀ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਆਪ ਸਭ ਦੇ ਸਾਹਮਣੇ ਗੱਲ ਰੱਖ ਦਿੱਤੀ ਹੈ, ਕਿਉਂਕਿ ਪੰਜਾਬ ਪੁਲਿਸ ਦੀ SSP ਦੀ ਗੁੰਡਾਗਰਦੀ ਹੱਦ ਪਾਰ ਕਰ ਗਈ ਹੈ, ਹੱਦ ਪਾਰ ਕਰ ਚੁੱਕੀ ਹੈ। SSP ਸਾਹਿਬ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਤੁਸੀਂ ਲੋਕਾਂ ਦੇ ਵਾਸਤੇ, ਨਿਆਂ ਵਾਸਤੇ ਲੱਗੇ ਹੋ, ਤੁਸੀਂ ਪਬਲਿਕ ਸਰਵੈਂਟ ਹੋ। ਜੇ ਤੁਸੀਂ ਬੰਦੇ ਦੇ ਪੁੱਤ ਨਹੀਂ ਬਣਦੇ ਤਾਂ ਸਾਨੂੰ ਬੰਦੇ ਦੇ ਪੁੱਤ ਬਣਾਉਣ ਦਾ। ਜੇ ਤੁਸੀਂ ਬੰਦੇ ਦੇ ਪੁੱਤ ਨਹੀਂ ਬਣੋਗੇ ਤਾਂ ਸਾਨੂੰ ਲੋਕਤੰਤਰ ਦੇ ਵਿੱਚ ਫਿਰ ਦੂਸਰੇ ਅਧਿਕਾਰਾਂ ਦੀ ਵਰਤੋਂ ਨਾ ਕਰਨੀ ਪੈ ਜਾਏ, ਕਿਉਂਕਿ ਲੋਕਤੰਤਰ ਦੇ ਵਿੱਚ ਸਾਰਿਆਂ ਨੂੰ ਨਵਾਂ ਜਿਹੜਾ ਨਿਆਂ ਮਿਲਣਾ ਚਾਹੀਦਾ। ਪਰ ਮੌਕੇ ਦੇ ਸਟਾਫ SSP ਹੱਦਾਂ ਪਾਰ ਕਰ ਚੁੱਕੇ ਹੈ। ਜੇਕਰ ਇਹ ਬੰਦੇ ਦੇ ਪੁੱਤ ਨਹੀਂ ਬਣਦੇ ਫਿਰ ਬੰਦੇ ਦੇ ਪੁੱਤ ਬਣਾਉਣ ਦੇ ਲਈ ਇਹ ਪੀਪਲ ਪਾਰਲੀਮੈਂਟ ਬੈਠੀ ਹੈ ਲੋਕਾਂ ਦੀ ਨੁਮਾਇੰਦਗੀ। ਅਸੀਂ ਪੀਪਲ ਪਾਰਲੀਮੈਂਟ ਦੇ ਵਿੱਚ ਗੱਲ ਰੱਖ ਰਹੇ ਹਾਂ, ਸਰਕਾਰ ਦੀ ਤੁਸੀਂ ਵਿੱਚ ਅਫਸਰ ਹੋ। ਸਰਕਾਰ 5 ਸਾਲ ਹੈ, ਪਤਾ ਨਹੀਂ ਲੱਗਣ ਦੇਣਾ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੀ ਕੀ ਹੋਣਾ ਹੈ। ਇਸ ਕਰਕੇ ਬੇਨਤੀ ਹੈ ਕਿ ਜਿਹੜੇ SSP ਸਾਹਿਬ, ਤੁਸੀਂ ਵੀ ਸੁਣ ਲਓ, ਤੁਸੀਂ ਅੱਜ ਇਸ ਸਰਕਾਰ ਕਾਂਗਰਸ ਦੇ ਹੋ, ਕੱਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸੇ ਦੇ ਹੋਵੋਗੇ। ਤੁਹਾਨੂੰ ਸਰਕਾਰ ਨੇ ਇਸ ਤਰ੍ਹਾਂ ਇਸਤੇਮਾਲ ਕਰਨਾ ਹੈ ਜਿੱਦਾਂ ਕੇਲਾ ਖਾ ਕੇ ਕੇਲੇ ਦਾ ਛਿਲਕਾ ਸੁੱਟ ਦਿੱਤਾ ਜਾਂਦਾ ਹੈ। ਸਮਝ ਲਓ, ਆਪਣੀ ਪੜ੍ਹਾਈ, ਆਪਣੀ ਡਿਗਰੀ ਦਾ ਸਹੀ ਇਸਤੇਮਾਲ ਲੋਕਾਂ ਦੇ ਹਿੱਤਾਂ ਵਾਸਤੇ ਕਰੋ। ਜੇਕਰ ਤੁਸੀਂ ਲੋਕਾਂ ਦੇ ਹਿੱਤਾਂ ਵਾਸਤੇ ਆਪਣੀ ਡਿਗਰੀ ਦਾ ਇਸਤੇਮਾਲ ਨਹੀਂ ਕਰਦੇ ਹੋ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਪੜ੍ਹਿਆ ਜ਼ਰੂਰ ਵਿਚਾਰ ਲਿਓ। ਇਸੇ ਤਰ੍ਹਾਂ ਬਜਵਾੜੇ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ, ਪੁਲਿਸ ਦੇ ਵਿੱਚ ਜਹਾਨ ਖੇਲਾ ਉਹ ਸਾਥੀ ਸਾਡਾ ਲੱਗਾ ਹੋਇਆ ਹੈ, ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਹੈ, ਉਸਨੂੰ ਘਰੋਂ ਬਾਹਰ ਕੱਢ ਕੇ ਉਸਦੇ ਉੱਤੇ ਤਸ਼ੱਦਦ ਕੀਤਾ ਗਿਆ ਹੈ, ਉਹਨਾਂ ਦੀ ਬੇਟੀ ਵੀ ਬੈਠੀ ਹੈ। ਜੇ ਸਰਕਾਰ ਦੇ ਵਿੱਚ ਰਹਿੰਦੇ ਹੋ, ਸਰਕਾਰ ਦਾ ਮੁਲਾਜ਼ਮ ਸੇਫ ਨਹੀਂ ਹੈ, ਫਿਰ ਦੱਸੋ SSP ਸਾਹਿਬ ਗਰੀਬ ਲੋਕ ਕਿੱਦਾਂ ਸੇਫ ਹੋਣਗੇ। ਇਸ ਕਰਕੇ ਮੇਰੀ ਬੇਨਤੀ ਹੈ ਕਿ ਲੋਕਤੰਤਰ ਦੀ ਮਰਿਆਦਾ ਸਮਝੋ, ਨਿਆਂ ਨੂੰ ਆਪਣੇ ਲੋਕਾਂ ਦੇ ਹਿੱਤ ਵਿੱਚ ਵਰਤੋ। ਕਿਤੇ ਉਹ ਜਿਹੀ ਗੱਲ ਨਾ ਹੋਵੇ ਕਿ ਇਹ ਲੋਕ ਵਿਚਾਰੇ ਸੱਦੇ ਹੋਏ ਕਿਤੇ ਗਲਤ ਜਿਹੜਾ ਲੋਕਤੰਤਰ ਦਾ ਜਿਹੜਾ ਦੁਰਵਰਤੋਂ ਨਾ ਕਰਨ। ਵੈਸੇ ਸਾਡੀ ਪਾਰਟੀ, ਸਾਡਾ ਸਿਧਾਂਤ ਜਿਹੜਾ ਹੈ ਉਹ ਬੜਾ ਲੋਕਤੰਤਰ ਦੀ ਮਰਿਆਦਾ ਦੇ ਅੰਦਰ ਚੱਲਦਾ ਹੈ, ਲੇਕਿਨ ਇਹਨਾਂ ਗਰੀਬ ਲੋਕਾਂ ਦੀ ਅਗਰ ਲੜਾਈ ਲੜ ਰਹੀ ਹੈ ਤਾਂ ਪੰਜਾਬ ਦੇ ਵਿੱਚ ਇੱਕੋ ਇੱਕ ਪਾਰਟੀ ਲੜ ਰਹੀ ਹੈ, ਜਿਹੜੀ ਪਾਰਟੀ ਮਾਨਯਵਰ ਕਾਂਸੀ ਰਾਮ ਸਾਹਿਬ ਔਰ ਭੈਣ ਕੁਮਾਰੀ ਮਾਇਆਵਤੀ ਸਰਦਾਰ ਜਸਵੀਰ ਸਿੰਘ ਗੜ੍ਹੀ ਦੇ ਅਗਵਾਈ ਦੇ ਵਿੱਚ ਚੱਲ ਰਹੀ ਹੈ। ਸਾਥੀਓ, ਇਸ ਪੰਜਾਬ ਦੇ ਵਿੱਚ, ਹੁਸ਼ਿਆਰਪੁਰ ਦੇ ਵਿੱਚ ਗਰੀਬਾਂ 'ਤੇ ਇੰਨਾ ਅੱਤਿਆਚਾਰ ਹੋ ਰਿਹਾ, ਕਾਂਗਰਸ ਛੁੱਟੀ ਪਈ ਹੈ, ਲੋਕਡਾਊਨ ਦੇ ਵਿੱਚ ਅਗਰ ਕਿਸੇ 'ਤੇ ਅੱਤਿਆਚਾਰ ਹੋਇਆ ਇਸ ਗਰੀਬ 'ਤੇ, ਮਜ਼ਲੂਮ 'ਤੇ ਹੋਇਆ ਹੈ, ਕਿਉਂਕਿ ਜਿਹੜੇ ਲੋਕਾਂ ਦੀ ਸਰਕਾਰ ਹੈ ਉਹ ਆਪਣੇ ਘਰਾਂ ਦੇ ਵਿੱਚ ਆਨੰਦ ਮਾਣ ਰਹੇ, ਪਿੱਸਿਆ ਜਾ ਰਿਹਾ ਤਾਂ ਗਰੀਬ ਅਤੇ ਮਜ਼ਲੂਮ ਪਿੱਸਿਆ ਜਾ ਰਿਹਾ ਹੈ।
ਪੰਜਾਬ 'ਚ ਰਹਿ